ਸਿਕੰਦਰ ਦੇ ਮਹਾਨ ਜਰਨੈਲ ਸਰਦਾਰ ਜਸਪਾਲ ਸਿੰਘ ਰਾਮਗੜੀ ਆਦੀ 300 ਸਾਲਾ ਜਨਮ ਸ਼ਤਾਬਦੀ ਸੰਬੰਧੀ ਸਮਾਗਮਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇਗਵਾਈ ਵਿੱਚ ਦਿੱਲੀ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ ਜਿਸ ਵਿੱਚ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲਿਤ ਕੀਤੀ ਸ਼ਤਾਬਦੀ ਦਾ ਮੁੱਖ ਸਮਾਗਮ 5 ਮਈ ਨੂੰ ਅੰਮ੍ਰਿਤਸਰ ਵਿੱਚ ਕੀਤਾ ਜਾਣਾ ਜਦਕਿ ਇਸ ਤੋਂ ਪਹਿਲਾਂ ਦਿੱਲੀ ਵਿਖੇ ਕਈ ਸਮਾਗਮ ਅਯੋਜਿਤ ਕੀਤੇ ਜਾਣਗੇ ਇਨਾਸ ਸਮਾਗਮਾਂ ਸਬੰਧੀ ਕੀਤੀ ਗਈ ਇਕੱਤਰਤਾ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਨ ਨੇ ਕਿਹਾ ਕਿ ਸਰਦਾਰ ਜਸਪਾਲ ਸਿੰਘ ਰਾਮਗੜੀਆ ਦੀ ਤੀਜੀ ਜਨਮਸ਼ਤਾਬਦੀ ਦੇ ਸੰਬੰਧ ਵਿੱਚ ਸਮਾਗਮ ਖਾਲਸਾਈ ਜਹੋ ਜਲਾਲ ਨਾਲ ਕਰਵਾਏ ਜਾਣਗੇ ਉਹਨਾਂ ਸਮਾਗਮ ਦੇ ਵੇਰਵੇ ਸਾਂਝੇ ਕੀਤੇ ਇਸ ਮੌਕੇ ਸ਼੍ਰੋਮਣੀ ਕਾਲ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਕੁਲਦੀਪ ਸਿੰਘ ਭੋਗਲ ਤੇ ਕਈ ਅਹਿਮ ਸੇਖਾਗੂ ਮੌਜੂਦ ਰਹੇ ਸਿੱਖ ਪੰਥ ਦੇ ਮਹਾਨ ਜਰਨੈਲ ਜਿਨ੍ਹਾਂ ਦੀਆਂ ਸਮੇਂ-ਸਮੇਂ ਸਰ ਸ਼ਤਾਬ ਦੀਆਂ ਆਉਂਦੀਆਂ ਰਹਿੰਦੀਆਂ ਪਿੱਛੇ ਆਪਾਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਦਾ 200 ਸਾਲਾ ਸ਼ਹੀਦੀ ਉਹ ਦਿਹਾੜਾ ਮਨਾ ਕੇ ਹਟਿਆ ਹੁਣ ਪੰਥ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਉਹਨਾਂ ਦਾ 300 ਸਾਲਾ ਸ਼ਤਾਬ ਦੀ ਆ ਰਹੀ ਆ ਉਹ 300 ਸਾਲਾ ਸ਼ਤਾਬਦੀ ਦੇ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਤੇ ਜਾਗੋ ਪਾਰਟੀ ਦਿੱਲੀ ਵੱਲੋਂ ਰਲ ਕੇ ਇੱਕ ਵੱਡਾ ਜਿਹੜਾ ਉਹ ਸਮਾਗਮਾਂ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਆ ਜਿਹਦੇ ਵਿੱਚ 16 April ਨੂੰ ਇੱਥੇ ਵੱਡਾ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਉਹ ਦਿਨ ਕੱਢਿਆ ਜਾਊਗਾ ਉਹਦੇ ਨਾਲ ਫਿਰ 17 ਤਰੀਕ ਨੂੰ ਉਹ ਕੀਰਤਨ ਦਰਬਾਰ ਸ਼ਾਮ ਦਾ ਰੱਖਿਆ ਵੱਡਾ ਉਹਦੀ ਜਿਹੜੀ ਜਗ੍ਹਾ ਆ ਉਹ ਸਿਲੈਕਟ ਕਰ ਦਿੱਤੀ ਗਈ ਆ ਉਹਦਾ ਸਾਰਾ ਸੰਗਤਾਂ ਨੂੰ ਸਾਰਿਆਂ ਨੂੰ ਉਹਦੇ ਬਾਰੇ ਸੂਚਿਤ ਵੀ ਕੀਤਾ ਜਾਊਗਾ ਹਰੀਨਗਰ ਵਿਖੇ 18 ਤਰੀਕ ਨੂੰ ਜਿਹੜੀ ਖਾਲਸੇ ਦੀ ਇੱਕ ਪ੍ਰਾਤਨ ਬਰਾਸਤ ਆ ਖਾਲਸਾਈ ਖੇਡਾਂ ਉਹਦੇ ਵਿੱਚ ਗਤਕਾ ਸਮੁੱਚੇ ਤੌਰ ਤੇ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਉਹ ਸਾਰੇ ਘੋੜ ਸਵਾਰੀ ਤੇ ਨੇਜੇ ਬਾਜੀ ਸਾਰੀ ਉਹ ਉਹ ਦਿਨ ਕਰਨ ਗਿਆ ਉਹ ਤੋਂ ਬਾਅਦ 20 ਤਰੀਕ ਨੂੰ ਫਿਰ ਜੱਸਾ ਸਿੰਘ ਜੀ ਰਾਮਗੜੀਆ ਦੀ ਪਵਿੱਤਰ ਯਾਤ ਦੇ ਵਿੱਚ ਇਥੋਂ ਦਿੱਲੀ ਤੋਂ ਮਹਾਨ ਨਗਰ ਕੀਰਤਨ ਸ਼ੁਰੂ ਹੋਊਗਾ ਜਿਹੜਾ ਫਿਰ ਹਰਿਆਣੇ ਦੇ ਵਿੱਚ ਹੀ ਹੁੰਦਾ ਹੋਇਆ ਕਰਨਾਲ ਜਾਊਗਾ ਕਰਨਾਲ ਜਾਊਗਾ ਫਿਰ ਕਰਨਾਲ ਤੋਂ ਹੁੰਦਾ ਹੋਇਆ ਪਟਿਆਲੇ ਤੇ ਇਸੇ ਤਰ੍ਹਾਂ ਫਿਰ ਉਹ ਲਗਾਤਾਰ ਜਾ ਕੇ ਪੰਜਾਬ ਦੀ ਪ੍ਰਕਰਮਾ ਕਰਦਾ ਹੋਇਆ 25 ਮਈ ਤੱਕ 25 ਮਈ ਤੱਕ ਉਹ ਜਾ ਕੇ ਉਹਦੀ ਜਿਹੜੀ ਆ ਸਮਾਪਤੀ ਹੋਊਗੀ ਤੇ ਉਹਦੇ ਤਹਿਤ ਫਿਰ 5 ਮਈ ਨੂੰ ਜਿਹੜਾ ਵੱਡਾ ਸਮਾਗਮ ਉਹ ਮਹਾਨ ਜਰਨੈਲ ਦੀ ਯਾਦ ਦੇ ਵਿੱਚ ਰੱਖਿਆ ਗਿਆ ਉਹ ਮੰਜੀ ਸਾਹਿਬ ਦੀਵਾਨ ਹਾਲ ਗੁਰਦੁਆਰਾ ਵਿਖੇ ਉਹ ਉੱਥੇ ਵੱਡਾ ਸਮਾਗਮ ਹੋਊਗਾ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਔਰ ਦਿੱਲੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਤਨੀ ਵੱਡੀ ਮੀਟਿੰਗ ਸ਼ੋਮਨੀ ਗੁਰਦੁਆਰਾ ਪੰਦਰ ਕਮੇਟੀ ਵੱਲੋਂ ਹੋਈ ਹੈ ਔਰ ਇਹਨਾਂ ਨੇ ਜੋ ਮਾਨ ਸਤਕਾਰ ਦਿੱਲੀ ਦੇ ਸਿੱਖਾਂ ਦਾ ਕੀਤਾ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਬਾਬਾ ਭਗੇਲ ਸਿੰਘ ਦਾ ਕੀਤਾ ਜਿਨ੍ਹਾਂ ਨੇ ਇਹ ਲਾਲ ਕਿਲੇ ਫਤਿਹ ਕੀਤਾ ਸੀ ਅਸੀਂ ਇਹਨਾਂ ਦੇ ਰਣੀਆ ਔਰ ਦਿੱਲੀ ਦੇ ਸਿਕਾ ਨੂੰ ਬੇਨਤੀ ਕਰਾਂਗੇ ਕਿ ਜਿਤਨੇ ਵੀ ਪ੍ਰੋਗਰਾਮ ਦੱਸੇ ਗਏ ਉਹਨਾਂ ਵੱਧ ਚੜ ਕੇ ਹਿੱਸਾ ਲੈਣ ਅਗਰ ਉਸ ਦਿਨ ਉਹਨਾਂ ਨੂੰ ਕੋਈ ਆਪਣੇ ਕਾਮਾਕਾਰਜਾਂ ਤੋਂ ਛੁੱਟੀ ਵੀ ਲੈਣੀ ਪੈਂਦੀ ਹੈ ਛੁੱਟੀ ਲੈ ਕੇ ਆ ਕੇ ਉਸ ਮਾਨਯੋਗ ਸਰ ਜਸਵੰਤ ਸਿੰਘ ਰਾਮ ਗੜੀਆ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਪੇਟ ਕਰਨ ਮੈਂ ਸਮਝਦਾ ਕਿ ਜਿੱਦਾਂ ਸਰਨਾ ਸਾਹਿਬ ਨੇ ਕਿਹਾ ਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਔਰ ਸਾਰੀ ਟੀਮ ਦੇ ਨਾਲ ਲਾ ਕੇ ਜਿਹੋ ਜੇ ਮੀਟਿੰਗ ਅੱਜ ਜਸਾ ਸਿੰਘ ਰਾਮ ਗੜੀਆ ਜੀ ਦੀ 300 ਸਾਲਾ ਜਨਮ ਸ਼ਤਾਬ ਦੀ ਲਈ ਹੋਈ ਹੈ ਮੈਂ ਸਮਝਦਾ ਕਿ ਇਹ ਪਹਿਲੀ ਦਫਾ ਅਸੀਂ ਫਤਿਹ ਦਿਵਸ ਬਣਾਏ ਸੀਗੇ ਲਾਲ ਕਿਲੇ ਦਾ ਇਤਿਹਾਸ ਦੱਸਿਆ 30 ਹਜ਼ਾਰੀ ਦਾ ਹੋਵੇ ਮੋਰੀ ਗੇਟ ਦਾ ਹੋਵੇ ਪੁੱਲ ਮਠਾਈ ਦਾ ਹੋਵੇ ਔਰ ਇਹ ਜਾਣ ਬੂਝ ਕੇ ਸਰਕਾਰਾਂ ਨੇ ਲਾਲ ਕਿਲੇ ਦੇ ਇਤਿਹਾਸ ਸਿੱਖ ਜਨ ਨਾਲ ਦਾ ਪਾ ਮੇ ਜੱਸਾ ਸਿੰਘ ਗਰਾਮ ਗੜਿਆ ਜੀ ਜੱਸਾ ਸਿੰਘ ਗਾਲੂ ਵਾਲੀਆ ਜੀ ਤਾਰਾ ਸਿੰਘ ਕੇਬਾ ਜੀ ਮਹਾ ਸਿੰਘ ਸ਼ੁਕਰ ਚੱਕਿਆ ਜੀ ਬਾਬਾ ਭਗੇਲ ਸਿੰਘ ਜੀ ਇਤਿਹਾਸ ਅੱਜ ਵੀ ਪਾੜਨ ਨੂੰ ਤਿਆਰ ਨਹੀਂ ਨੇ ਲੇਕਿਨ ਮੈਂ ਸਮਝਦਾ ਜਦੋਂ ਕੌਮ ਰਲ ਕੇ ਸਾਰੇ ਅਸੀਂ ਮਨਾ ਰਹੇ ਆਂ ਸਾਰੀਆਂ ਜਥੇਬੰਦੀਆਂ ਰਲ ਕੇ ਮਨਾ ਰਹੀਆਂ ਨੇ ਔਰ ਜਿਸ ਤਰੀਕੇ ਨਾਲ ਪ੍ਰਧਾਨ ਸਾਹਿਬ ਧਾਬੀ ਸਾਹਿਬ ਨੇ ਐਡਵੋਕੇਟ ਸਾਹਿਬ ਨੇ ਤੁਹਾਨੂੰ ਪ੍ਰੋਗਰਾਮ ਦਿੱਤੇ ਨੇ 18 19 20 ਦੇ ਮੈਂ ਸਮਝਦਾ ਵਾਂ ਕਿ ਇਹ ਮਜਬੂਰ ਕਰਦੇ ਆਂਗੇ ਸਰਕਾਰ ਨੂੰ ਕਿ ਲਾਲ ਕਿਲੇ ਦੇ ਇਤਿਹਾਸ ਦੇ ਵਿੱਚ ਸਿੱਖ ਜਨੈਲਾਂ ਦਾ ਇਤਿਹਾਸ ਲਿਖਣ ਜਿਹੜੇ ਮੁਗਲਾਂ ਦੀ ਜੜ ਪਟਕੇ ਔਰ ਉਥੋਂ ਦੀ ਸਿੰਨ ਪਟਕੇ ਗੁਰੂ ਗੁਰਦੁਆਰਾ ਸ੍ਰੀ ਦਰਬਾਰ ਸਾਹਿب ਗੁਰੂ ਦੇ ਚਰਨਾਂ 'ਚ ਜਾ ਕੇ ਸੁਟਿਆ ਸੀ ਇਹ ਤਖਤ ਪਟਕੇ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀਗਾ ਦਸਮ ਪਿਤਾ ਨੇ ਜਦੋਂ ਛੋਟੇ ਸਾਹਿਬ ਜਿਆਦਾ ਦੀ ਨਿਆਹ ਚੁਰਨ ਦੀ ਗੱਲ ਆਈ ਸੀ ਉਹਨਾਂ ਤੀਰ ਨਾਲ ਪੋਦਾ ਪਟਿਆ ਸੀ ਔਰ ਆਖਿਆ ਸੀਗਾ ਕਿ ਮੁਗਲ ਰਾਜ ਦੀ ਹੁਣ ਜੜ ਪੱਟੀ ਗਈ ਔਰ ਸਿੱਖ ਜਰਨੈਲਾਂ ਨੇ ਕਰਕੇ ਦਿਖਾਇਆ ਸੀ ਇਹ ਇਤਿਹਾਸ ਲੋਕਾਂ 'ਗੇ ਲੈ ਕੇ ਆਵਾਂਗੇ। ਕਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਆਜ ਇੱਥੇ ਜਿਹੜੀ ਫਾਈਨਲ ਮੀਟਿੰਗ ਸੀ ਉਹ ਕਰਨ ਵਾਸਤੇ ਆਏ ਹਨ ਕਿਉਂਕਿ ਜੱਸਾ ਸਿੰਘ ਰਾਮਗੜੀ ਆਦੀ ਜੋ ਸ਼ਤਾਬਦੀ ਅਸੀਂ ਦਿੱਲੀ ਵਿੱਚ ਮਨਾਵਾਂਗੇ ਔਰ ਉਸ ਤੋਂ ਬਾਅਦ ਜਿਹੜੀ ਨਗਰ ਕੀਰਤਨ ਹੈ ਉਹ ਜਾਏਗਾ ਅਮਰਸਰਨਾਂ ਰਵਾਨਾ ਹੋਏਗਾ 18 19 20 ਨੂੰ ਇੱਥੇ ਦਿੱਲੀ ਵਿੱਚ ਪ੍ਰੋਗਰਾਮ ਹੋਣਗੇ ਮੈਂ ਇੱਕ ਵਾਰੀ ਫਿਰ ਤਮੀ ਸਾਹਿਬ ਦਾ ਵੀ ਧੰਨਵਾਦ ਕਰਦਾ ਔਰ ਸਾਧ ਪਰਮਜੀਤ ਸਿੰਘ ਸਰਨਾ ਤੇ ਸਾਰ ਮਨਜੀਤ ਸਿੰਘ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੇ ਜੋ ਇੱਥੇ ਮੈਂਬਰ ਸਭਾ ਨਾਲ ਆਏ ਸੀ ਉਹਨਾਂ ਦਾ ਵੀ ਕਿ ਇਹ ਜੋ ਯਾਤਰਾ ਜਾ ਰਹੀ ਹੈ ਇਹਦੇ ਸਾਰੇ ਇਸਾ ਲੈਣ ਇਹ ਯਾਤਰਾ 18 19 ਤੇ 20 ਨੂੰ ਕੱਢੀ ਜਾਏਗੀ